ਸਰ ਤਦੇ ਮੈਂ ਫਟਾਫਟ ਲਿਜਾ ਸਕਦੇ। ਜਦੋਂ ਵੀ ਕੋਈ ਕਾਨੂੰਨ ਬਣਾਉਣੇ ਕਿਸਾਨਾਂ ਨੂੰ ਵਿੱਚ ਕਿਉਂ ਨਹੀਂ ਲਿਆ ਜਾਂਦਾ? ਉਹਨਾਂ ਨੇ ਇਹ ਸੋਚ ਲਿਆ ਕਿ ਆਹ ਜਿਹੜੇ ਹਜ਼ਾਰਾਂ ਏਕੜ ਵੀ ਆ ਇਹਨਾਂ ਦੇ, ਵਜ਼ੀਰ ਵੀ ਬਣੇ, ਸੀ ਐਮ ਵੀ ਆ, ਇਹ ਕਿਸਾਨ ਹੀ ਆ। ਜੇ ਉਹ ਕਿਸਾਨ ਬਹੁਤ ਅੱਛਾ ਸੁਣੋ, ਪੰਜਾਬੀਆਂ ਦੀ ਵੀ ਮੈਂ ਕੰਨਾਂ ਦੀ ਗੱਲ ਕਰਦਾ, ਯੂਪੀ ਦੇ ਕਿਸਾਨ ਵੀ ਵਜ਼ੀਰ ਆ, ਸੀ ਐਮ ਵੀ ਆ, ਕਈ ਸਟੇਟਾਂ ਦੇ। ਜੇ ਗਿਣੋਗੇ ਤਾਂ ਸਭ ਤੋਂ ਜ਼ਿਆਦਾ ਉਹੋ ਹੀ ਆ ਜਿਹੜੇ ਜ਼ਿਮੀਂਦਾਰ ਆ। ਮੈਂ ਗਰੀਬ ਗੁਰਬਿਆਂ 'ਚ ਤਾਂ ਮੈਂ ਇਕੱਲਾ ਹੀ ਹਾਂ ਹਿੰਦੁਸਤਾਨ 'ਚ। ਆਹ ਜਿਹੜੀ ਮੇਰੀ ਕਾਸਟ ਹੈ ਨਾ, ਇਹ 'ਚੋਂ ਕੋਈ ਬਣਿਆ ਨਹੀਂ। ਬੂਟਾ ਸੌ ਖਰੇ ਪਹਿਲਾਂ ਸਦੀਆਂ 'ਚ ਬਣਿਆ ਸੀ, ਆਹ ਤੁਹਾਡਾ ਭਰਾ। ਅਤੇ ਬਾਕੀ ਉਹੋ ਹੀ ਕਾਸਟ ਆ ਜਿਹੜੇ, ਜਿਨ੍ਹਾਂ ਦੀਆਂ ਜ਼ਮੀਨਾਂ ਉਦੋਂ ਸੰਘੀ ਘੁੱਟਦੇ ਨੇ ਇਹ, ਅਤੇ ਆਹ ਸਾਨੂੰ ਮਾਰਨ ਲੱਗਾ। ਉਹ ਤੁਸੀਂ ਆਪ ਜ਼ਮੀਨਾਂ ਨੂੰ ਸਮਝ। ਹਾਂ, ਗਾਣੇ ਗਵਈਆਂ ਦੇ ਖਿਲਾਫ਼ ਬਿੱਲ ਬਣੇ, ਮੈਂ ਤਾਂ ਉੱਥੇ ਉੱਥੇ ਛੱਡ ਦਊਂਗਾ। ਮੈਂ ਕਿਹਾ ਨੋ, ਇਹ ਮੇਰੀ ਬਰਾਦਰੀ ਦੇ ਖਿਲਾਫ਼। ਇਸ ਤਰ੍ਹਾਂ ਬ੍ਰਦਰ, ਹੌਲੀ ਹੌਲੀ ਮੈਂ ਖੇਤੀਬਾੜੀ ਜਾਂ ਕਿਸਾਨਾਂ ਦੇ ਹੱਕ 'ਚ ਤਾਂ ਮੈਂ ਤਾਂ ਬੋਲਦਾ ਕਿ ਆਪਣਾ ਰਿਸ਼ਤਾ ਬੜਾ ਗਹਿਰਾ ਆ। ਮੈਂ ਕੰਮ ਕਰਦਾ ਹੁੰਦਾ ਸੀ, ਮੇਰੇ ਫਾਦਰ ਸਾਹਿਬ, ਮੇਰੇ ਪਿਤਾ ਜੀ ਅਰਜਨ ਸਾਹਿਬ, ਸ਼ਫੀਪੁਰ ਵੱਲ ਕਿਹੜਾ ਦੂਰ ਹੈ, ਪੁੱਛ ਲਿਓ। ਅਸੀਂ ਉੱਥੇ ਤੁਹਾਡੇ ਲਈ ਕੰਮ ਕਰਦੇ ਰਹੇ ਹਾਂ, ਜੱਦੀ ਪੁਸ਼ਤੀ, ਰੌਲਾ ਕੋਈ ਨਹੀਂ। ਮੈਂ ਉਹ ਅਹਿਸਾਨ ਫਰਾਮੋਸ਼ ਆਦਮੀ ਨਹੀਂ ਗਾ ਕਿ ਅੱਜ ਐਮ ਪੀ ਬਣ ਗਿਆ ਮੈਂ ਤੁਹਾਡੇ ਖਿਲਾਫ਼ ਹੋ ਜਾਂ। ਦੁਖੀ ਦੁਖੀ ਦੇ ਬੰਦੇ ਦਿੱਲੀ ਬਣ ਕੇ ਆਪਣੇ ਲੋਕਾਂ ਦੇ ਖਿਲਾਫ਼ ਬੋਲਣ ਲੱਗ ਪੈਂਦੇ, ਮੈਂ ਨਹੀਂ ਜੋ ਬੋਲਣਾ, ਭਾਵੇਂ ਮੈਨੂੰ ਕੁਛ ਮਿਲੇ ਅਤੇ ਭਾਵੇਂ ਨਾ ਮਿਲੇ। ਅਸੀਂ ਉਹਨਾਂ ਨਾਲ ਮੀਟਿੰਗ ਨਹੀਂ ਕੀਤੀ, ਅਸੀਂ ਉਹਨਾਂ ਨੂੰ ਸਵਾਲ ਕਰਨ ਵਾਸਤੇ ਆਏ ਸੀਗੇ। ਅਤੇ ਅਸੀਂ ਜਿਹੜਾ ਸਵਾਲਨਾਮਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ ਆ, ਉਹ ਸਵਾਲਨਾਮੇ ਦੇ ਤਹਿਤ ਹੀ ਇਹਨਾਂ ਨੂੰ ਸਵਾਲ ਕੀਤੇ ਅਤੇ ਉਹਨਾਂ ਨੇ ਸਾਨੂੰ ਜਵਾਬ ਦਿੱਤੇ ਆ। ਆਸ਼ਵਾਸਨ ਤਾਂ ਉਹ ਇਹੀ ਕਹਿੰਦੇ ਕਿ ਕਿਸਾਨਾਂ ਦੀਆਂ ਜਿੰਨੀਆਂ ਮੰਗਾਂ ਨੇ ਮੈਂ ਮੋਦੀ ਤੱਕ ਪਹੁੰਚਾਵਾਂਗਾ, ਅਤੇ ਸਰਕਾਰ ਬਣਨ ਤੋਂ ਬਾਅਦ ਅਸੀਂ ਉਹ ਮੰਗਾਂ ਪੂਰੀਆਂ ਕਰਾਂਗੇ। ਬਿਲਕੁਲ ਬਿਲਕੁਲ, ਅਸੀਂ ਤਾਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਤੁਸੀਂ ਕਿਸਾਨਾਂ ਦੇ ਅੱਗੇ ਨਾ ਭੱਜਿਆ ਕਰੋ। ਜਿੱਥੇ ਵੀ ਕਿਤੇ ਕਿਸਾਨ ਮਿਲਦੇ ਨੇ ਤੁਹਾਨੂੰ ਸਵਾਲ ਕਰਦੇ ਨੇ ਤਾਂ ਖੜ ਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇ ਦਿਆ ਕਰੋ। ਜਿਵੇਂ ਹੁਣ ਅੱਜ ਅਸੀਂ ਆਏ ਸੀ, ਸ਼ਾਂਤੀਮਈ ਤਰੀਕੇ ਦੇ ਨਾਲ ਅਸੀਂ ਆਏ ਸੀ, ਸ਼ਾਂਤਮਈ ਤਰੀਕੇ ਦੇ ਨਾਲ ਗੱਲਬਾਤ ਹੋਈ ਆ, ਅਸੀਂ ਸਵਾਲ ਕੀਤੇ ਨੇ, ਉਹਨਾਂ ਨੇ ਜਵਾਬ ਦੇ ਦਿੱਤੇ ਨੇ ਅਤੇ ਉਹ ਚਲੇ ਗਏ ਨੇ, ਕੋਈ ਵਿਰੋਧ ਨਹੀਂ ਕੀਤਾ ਕਿਸੇ ਕਿਸਮ ਦਾ ਵੀ। ਜੇ ਇੱਦਾਂ ਹੀ ਕਿਸਾਨਾਂ ਦੇ ਨਾਲ ਖੜ ਕੇ ਗੱਲ ਸੁਣ ਲਿਆ ਕਰਨ ਜਿੱਥੇ ਵੀ ਕਿਤੇ ਜਾਂਦੇ ਨੇ, ਤਾਂ ਇਹਨਾਂ ਦਾ ਵਿਰੋਧ ਵੀ ਨਹੀਂ ਹੋਏਗਾ, ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਵਿਰੋਧ ਕਰਨਾ ਆ, ਸੰਯੁਕਤ ਮੋਰਚੇ ਦਾ ਸੱਦਾ ਆ। ਸੋ ਅਸੀਂ ਵੀ ਹੁੱਲੜਬਾਜ਼ੀ ਨਹੀਂ ਚਾਹੁੰਦੇ, ਅਪੀਲ ਕਰਦੇ ਹਾਂ ਕਿਸਾਨਾਂ ਨੂੰ ਕਿ ਕਿਤੇ ਵੀ ਹੁੱਲੜਬਾਜ਼ੀ ਨਾ ਕੀਤੀ ਜਾਵੇ, ਗਾਲਾਂ ਨਾ ਕੱਢੀਆਂ ਜਾਣ। ਜਿਵੇਂ ਅੱਜ ਉਹਨਾਂ ਨੇ ਦੱਸਿਆ ਕਿ ਮੈਨੂੰ ਗਾਲਾਂ ਵੀ ਕੱਢੀਆਂ ਗਈਆਂ ਕਈ ਜਗ੍ਹਾ 'ਤੇ, ਇੱਦਾਂ ਦੀ ਸ਼ਬਦਾਵਲੀ ਜਿਹੜੀ ਕਿਸਾਨ ਵੀਰ ਬਣਾ ਵਰਤਣ, ਕਿਉਂਕਿ ਜੇ ਤੁਸੀਂ ਸਵਾਲ ਕਰਨੇ ਨੇ, ਵਿਰੋਧ ਕਰਨਾ, ਤਾਂ ਸ਼ਾਂਤਮਈ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਆ, ਇੱਕ ਸਾਈਡ 'ਤੇ ਖੜ ਕੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕਰੋ, ਅਤੇ ਜਿਹੜੇ ਸਵਾਲ ਪੁੱਛਣੇ ਨੇ ਉਹ ਤਰੀਕੇ ਨਾਲ ਖੜ ਕੇ ਪੁੱਛੋ, ਗਾਲਾਂ ਕੱਢਣ ਦਾ ਕੋਈ ਮਤਲਬ ਨਹੀਂ ਬਣਦਾ। ਲੱਗਦਾ ਕੋਈ ਮਸਲਾ ਹੱਲ ਹੋਊਗਾ? ਮਸਲਾ ਤਾਂ ਹੁਣ ਇਹਨਾਂ, ਦੇਖੋ ਜੇ ਜਿੱਤਣਗੇ ਅਤੇ ਮੋਦੀ ਸਾਹਿਬ ਕੋਲ ਜਾ ਕੇ ਸਾਡੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਰੱਖਣਗੇ, ਤਾਂ ਜੇ ਮਸਲਾ ਹੱਲ ਹੋ ਜਾਊਗਾ ਠੀਕ ਆ, ਨਹੀਂ ਤਾਂ ਜਿਵੇਂ ਵਿਰੋਧ ਚੱਲਦਾ ਉਵੇਂ ਚੱਲੀ ਜਾਊ।